ਈ ਆਕਾਸ਼ਵਾਨੀ ਜੰਮੂ ਹੈ ਹੰਦ ਉਸ ਅੰਜੂ ਵਾਲਾ ਕੋਲੋਂ ਖਬਰਾਂ ਸੁਨੋ ਜੰਮੂ ਕਸ਼ਮੀਰ 'ਚ ਸਾਲ 2022 ਦੇ ਮੁਕਾਬਲੇ 'ਚ ਪਿਛਲੇ 6 ਮਹੀਨੇ 'ਚ ਆਤੰਕਵਾਦੀਆਂ ਦੇ ਅਮਲੇ 'ਚ 78% ਗਿਰਾਵਟ ਦਰਜ ਕੀਤੀ ਗਈ ਹੈ ਜੰਮੂ ਕਸ਼ਮੀਰ ਦੀ ਸੁਰੱਖਿਆ ਬਲ ਨੇ ਥਾ ਮ ਇੱਕ ਪਾਸਿਆਂ ਦੱਸੇ ਗਏ ਅੰਕੜੇ ਮੁਜਬ ਇਸ ਬਾਰੇ 1 ਜਨਵਰੀ 20 ਮ 5 ਜੁਲਾਈ ਮਾਝਾ ਟੈਚ ਲਾਇਏਗੇ ਦੇ ਬਖਵਕ ਅਭਿਆਨੇ ਚ ਕੁੱਲ 27 ਅੰਤਗਵਾਦੀਆਂ ਦਾ ਸਫਾਇਆ ਕੀਤਾ ਗਿਆ ਹੈ ਜਿਸ ਲੈ ਕੇ ਬਰੇ 2022 ਦੀ ਇਸ ਅਬਦੀ ਦੌਰਾਨ ਮਾਰੇ ਗਏ ਦੇ ਅੰਤਗਵਾਦੀਆਂ ਦੀ ਗਿਣਤਰੀ 152 ਹੀ ਇਸ ਬਾਰੇ ਮਾਰੇ ਗਏ ਦੇ ਕੁੱਲ 27 ਅੰਤਗਵਾਦੀਆਂ ਚੋਂ 8 ਮਕਾਮੀ ਤੇ 19 ਵਿਦੇਸ਼ੀ ਅੰਤਕੀ ਇਹ ਇਹਦੇ ਚਾਹ ਮਾਤੇ ਸਾਰੇ ਅਤੰਕਵਾਦੀ ਲਸ਼ਕਰੇ ਤੋਇਬਾ ਇਹਦੇ ਮੁਖੋਟਾ ਸੰਗਠਨ ਟੀਆਰਐਫ ਜੈਸ਼ੇ ਮੁਹੰਮਦ ਤੇ ਹਿਜ਼ਬੁਲ ਮੁਜ਼ਾਹੀਦੀਨ ਗੁੱਟੇ ਕੰਨਾਂ ਸਰਵੰਧ ਰੱਖਦੇ ਹਨ ਅੰਕੜੇ ਇਹ ਵੀ ਦੱਸਾ ਕਰਦੇ ਨੇ ਜੇ ਜੰਮੂ ਕਸ਼ਮੀਰ ਅਰ ਲੰਘਦੇ ਦਿਨਾਂ ਦੇ ਕੰਨ ਕੰਨ ਅਤੰਕਵਾਦੀ ਗਤੀਵਿਧੀਆਂ ਤੇ ਵਿਦੇਸ਼ੀ ਅਤੰਕਵਾਦੀ ਦੀ ਗੁਸਪੈਟ ਚ ਵੀ ਕਮੀ ਦਰਜ ਕੀਤੀ ਜਾ ਕਰਦੀ ਹੈ ਇਹਦੇ ਕਨੋ ਕੰਨੀ ਫੋਰਸ ਸੀ ਆਰ ਪੀ ਐਫ ਤੇ ਜੰਮੂ ਕਸ਼ਮੀਰ ਪੁਲਸ ਪਾਸਿਆਂ ਤੇ ਤੇਜ਼ੀ ਤੇ ਸਕਰੀਤਾ ਕੰਨਾਂ ਅਤੰਕਵਾਦੀਆਂ ਵਿਰੋਧੀ ਅਭਿਆਨ ਚਲਾਏ ਜਾ ਕਰਦੇ ਨੇ ਮੌਜੂਦਾ ਅੰਕੜੇ ਕੀ ਧਿਆਨ ਚ ਰੱਖਦੇ ਹੋਈ ਇਹ ਅੰਕ ਇਹ ਆਖਿਆ ਜਾ ਸਕਦਾ ਹੈ ਜੇ ਜੰਮੂ ਕਸ਼ਮੀਰ 'ਚ ਇਸ ਬਰੇ ਮਾਰੇਗੇ ਦੇ ਹੱਦ ਤੱਕ ਵਾਦੀ ਦੀ ਗਿੰਤਰੀ ਸਦਾ ਕੋਲਾ ਘਟੀ ਰਹੀ ਸਕਦੀ ਹੈ। ਧਿਆਨਯੋਗ ਇਹ ਹੈ ਜੇ ਬਰੇ 2022 'ਚ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਪਾਸਿਆਂ ਕੁੱਲ 111 ਅਤੰਗਵਾਦੀ ਵਿਰੋਧੀ ਅਭਿਆਨ ਚਲਾਏ ਗਏ ਹਨ। 187 ਅਤੰਗਵਾਦੀਆਂ ਦਾ ਸਫਾਇਆ ਕੀਤਾ ਗਿਆ ਹਾ ਜਿਸ ਲਾ ਕੇ ਇਹਦੇ ਛਾਂ ਪਹਿਲੇ ਬਰੇ 2021 'ਚ ਸੁਰੱਖਿਆ ਬਲੇ 95 ਵਿਰੋਧੀ ਅਭਿਆਨ ਚਲਾਏ ਹੈ ਤੇ 180 ਅਤੰਗਵਾਦੀਆਂ ਦੀ ਮਾਰੀ ਮਕਾਇਆ ਹਾ। ਸਾਂਬੱਜ ਅੱਜ 6 ਪ੍ਰਾਣੇ ਮੋਟਾਰ ਸ਼ਲ ਬ੍ਰਾਮਦ ਹੋਏ ਨ ਇਹ ਸ਼ੈਲ ਪਠਾਨਕੋਟ ਜੰਮੂ ਰਾਜਮਾਰਗ ਦੇ ਬਿਜੇਪੁਰ ਇਲਾਕੇ ਦੇ ਕੋਲ ਦੀਆਂ ਝਾੜੀਆਂ ਥਮ ਬ੍ਰਾਮਦ ਹੋਏ ਨੇ ਇਹਨੇ ਸ਼ੈਲੇਂ ਕੀ ਨਕਾਰਾ ਕਰਨੇ ਅਸਤੇ ਬੰਬ ਨਕਾਰਾ ਦਸਤਾ ਕੀ ਮੌਕੇ ਉਪਰ ਸੱਦਿਆ ਗਿਆ ਹਾ ਪੁਲਿਸ ਦੇ ਅਧਿਕਾਰੀ ਥਮਾ ਸੂਚਨਾ ਥੋਈ ਹੈ ਜੇ ਇਹ ਹੋਈ ਸਕਦਾ ਹੈ ਜੇ ਇਹ ਸਮਾਨ ਕਵਾੜੀਆਂ ਦੇ ਕਵਾੜ ਦਾ ਹਿੱਸਾ ਹੋਣ ਇਸ ਲਈ ਪੁਲਿਸ ਅਧਿਕਾਰੀ ਇਹ ਸਮਾਨ ਦੀ ਨਕਾਰਾ ਘੋਸ਼ਿਤ ਕਰ ਦਿੱਤਾ ਹੈ ਹਾਲਾਂਕਿ ਇਸ ਬਾਰੇ ਹੋਰ ਜਾਣਕਾਰੀ ਕਿੱਠੀ ਕੀਤੀ ਜਾ ਕਰਦੀ ਹੈ ਸ਼੍ਰੀ ਅਮਰਨਾਥ ਸ਼ਰਧਾਲੂਆਂ ਦਾ 8ਵਾਂ ਜੱਥਾ ਜੰਮੂ ਦੇ ਭਗਵਤੀ ਨਗਰ ਆਲੇ ਆਧਾਰ शिविर ਥਾਂ ਮਾ ਸਖਤ ਸੁਰੱਖਿਆ ਬੰਦੋਬਸਤੇ ਏ ਠਰਵਾਣਾ ਹੋਆ 7000 ਥਾਂ ਮਾ ਬੱਧ ਸ਼ਰਧਾਲੂ ਨੂਨ ਬੂਨ ਪਹਿਲਗਾਮ ਤੇ ਬਾਲਟਾ ਲਈ ਰਵਾਨਾ ਹੋਈ ਗਿਆ ਇਹ ਜੱਥਾ 247 ਗੱਡੀਆਂ ਦੇ ਕਾਫਲੇ ਚ ਗਿਆ ਅਜੇ ਤੱਕ ਜੰਮੂ ਦੇ ਆਧਾਰ शिविर ਥਾਂ 43833 ਸ਼ਰਧਾਲੂਏ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਰਵਾਨਾ ਹੋਈ ਚੁੱਕੇ ਨੇ ਅੱਜ ਆਲੇ ਜੱਥੇ ਚ 93 ਗੱਡੀਆਂ ਚ ਸਵਾਰ 2000 410 ਸ਼ਰਧਾਲੂ ਬਲਟਾ ਲਈ ਜਿਸ ਲਾਇਕ ਕਿ 153 ਗੱਡੀਆਂ ਚ ਸਵਾਰ 4600 ਸ਼ਰਧਾਲੂ ਨੂਨ 1 ਪਹਿਲਗਾਮ ਲਈ ਰਵਾਨਾ ਹੋਏ ਇੰਦੇ ਚ 5179 ਮਰਦ 1549 ਮਹਿਲਾ 21 ਬੱਚੇ 222 ਸਾਧੂ ਤੇ 33 ਸਾਧਵੀਆਂ ਸ਼ਾਮਲ ਹੀਆਂ કુલ 17202 ਸ਼ਰਧਾਲੂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਮੱਥਾ ਟੇਕਿਆ ਅਜੇ ਤੱਕ ਕੁੱਲ 84768 ਸ਼ਰਧਾਲੂ ਪਵਿੱਤਰ ਗੁਫਾ ਚ ਬਰਫੂ ਕੰਨਾ ਬਣੇ ਦੇ ਸ਼ਿਵਲਿੰਗ ਦੇ ਦਰਸ਼ਨ ਕਰੀ ਚੁੱਕੇ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰੇ ਸਰਵਜਨਿਕ ਖੇਤਰ ਦੇ ਬੈਂਕਾਂ ਦੀ ਕਾਰਕਰਦਗੀ ਦੀ ਸਮੀਖਿਆ ਹਸਤਾ ਇੱਕ ਬੈਠਕ ਦੀ ਅਧਿਕਸ਼ਤਾ ਕੀਤੀ ਬੈਠਕ 'ਚ ਸਰਵਜਨਿਕ ਖੇਤਰ ਦੇ ਬੈਂਕਾਂ ਦੇ ਪ੍ਰਮੁੱਖੇ ਹਿੱਸਾ ਲੈਤਾ ਇਹਦੇ 'ਚ ਸਾਕਾਰਾਤਮਕ ਰੁਝਾਨੇ ਕਾਰੋਬਾਰੀ ਭਾਵਨਾ ਇੰਚ ਸੁਧਾਰ ਤੇ ਟਵਿਨ ਬੈਲੈਂਸ ਸ਼ੀਟ ਦੇ ਲਾ ਪਰ ਚਰਚਾ ਹੋਈ ਵਿੱਤ ਮੰਤਰੀ ਹੋਰੇ ਜ਼ੋਰ ਦੇ ਇਹ ਆਖਿਆ ਜੇ ਬੈਂਕਾਂ ਦੀ ਜੋਖਿਮ ਪ੍ਰਬੰਧਨ ਪਰ ਕਿ ਧਿਆਨ ਕੇਂਦਰਿਤ ਕਰਦੇ ਹੋਈ ਵਿਨੇਮਯਮਕ ਾਂਚੇ ਪਰ અનુਪਾਲਨ ਕਰਨਾ ਚਾਹੀਦਾ। ਉਹਨੇ ਗਲਾਇਆ ਜੇ ਵਿਸ਼ਵਿਕ ਬੈਂਕਾਂ ਦੇ ਖੇਤਰ ਚ ਹਾਲ ਦੀ ਪ੍ਰਤੀਕੂਲ ਪ੍ਰਸਥਿਤੀਆਂ ਦੇ ਬਾਵਜੂਦ ਕਾਰੋਬਾਰੀ ਪ੍ਰਦਰਸ਼ਨ ਚ ਸਵਾਦਾਰ ਉਹ ਆਦਾਇਆ। ਉਹਨੇ ਗਲਾਇਆ ਜੇ ਪੀਐਸਐਲ ਨੇ ਤਿਆਸ਼ ਤੈ ਸੁਧਾਲਕਸ਼ੇਗੀ ਵਧਾਇਆ ਹੈ ਤੇ ਇਸ ਕਰੀ ਹੋਰਨੇ ਚ ਵੀ ਪੂਰਾ ਕੀਤਾ ਜਾਣਾ ਲੋਟ ਚਦਾ ਜਿੰਦੇ ਚ ਰਾਈ 22 ਵੀ ਸ਼ਾਮਲ ਹੈ ਤੇ ਇਹਦੇ ਚ ਵਿਲੋਕੇ ਤੇ ਆਸ਼ੀਏ ਪਰ ਰਵਾਰ ਦੇ ਕਿਸਾਨ ਤੇ ਲੋਕੇ ਉਦਮੀ ਮੁੱਖ ਤੌਰ 'ਤੇ ਆ ਪਰ ਸ਼ਾਮਲ ਨਾ ਉਹਨੇ ਗ੍ਰਾਂਈਂ ਖੇਤੀ ਤੇ ਸਮਾਜਿਕ ਖੇਤਰੇ ਦੀ ਲੋੜਛ ਦੀ ਮਾਤਰਾ ਦਾ ਦੁਹਾਰ ਦੇਣ ਲਈ ਗਲਾਇਆ ਹੈ। ਭਾਰਤ ਨੇ ਆਖਿਆ ਹੈ ਜੇ ਸਿੰਧੂ ਜਲ ਸਮਝੋਤੇ ਦੇ ਮਾਮਲੇ 'ਚ তথা ਕथित ਵਿਚਧੇਸ਼ਤਾ ਅਦਾਲਤ ਦਾ ਗਠਨ ਸਮਝੋਤੇ ਦੇ ਪ੍ਰਵਬਦਾਨੇ ਦਾ ਉਲੰਘਣ ਹੈ। ਅਵੈਧ ਰੂਪ ਕਰਨਾ ਗਠਿਤ ਕਥਾ ਕथित ਵਿਚਧੇਸ਼ਤਾ ਅਦਾਲਤ ਨੇ ਵਿਵਸਥਾ ਦਿੱਤੀ ਹੈ ਜੇ ਉਹ ਕਿਸ਼ਨ ਗੰਗਾ ਤੇ ਰਤਲੇ ਪੰਨ ਬਿਜਲੀ ਪ੍ਰੋਜਨਾਏ ਦੇ ਮਾਮਲੇ ਪਰ ਵਿਚਾਰ ਕਰਨੇ 'ਚ ਪੂਰੀ ਚਾਲੀ ਸਕਸ਼ਮ ਹੈ। ਭਾਰਤ ਨੇ ਜ਼ੋਰ ਦੇਈ ਆਖਿਆ ਜੇ ਇਹ ਪ੍ਰਯੋਜਨਾ ਕਰਨੇ ਜੁੜੇ ਦੇ મતਭੇਦ ਪਰ ਵਿਸ਼ੇਸ਼ਗ्‍य ਪਹਿਲੇ ਸੌਂਗੇ ਵਿਚਾਰ ਕਰਾਰ ਦੇਣ ਇਸ ਸਮਝੌਤੇ 'ਚ ਸਾਹਮਣੇ ਮੁੱਦੇ 'ਤੇ ਸਮਾਨਾਂਤਰ ਕਾਰਵਾਈ ਦਾ ਕੋਈ ਪ੍ਰਵਧਾਨ ਨਹੀਂ ਹੈ ਭਾਰਤ ਨੇ ਸਾਫ ਕੀਤਾ ਹੈ ਜੇ ਉਸੇ ਪਾਕਿਸਤਾਨ ਆਸਿਆ ਸ਼ੁਰੂ ਕੀਤੀ ਐਸੀ ਕਿਸੇ ਵੀ ਅਵੈਧ ਤੇ ਸਮਾਨਾਂਤਰ ਕਾਰਵਾਈਆਂ 'ਚ ਇਸਾ ਲੈਣੇ ਆਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ ਇਸ ਦਾ ਸਮਝੌਤਾ ਤੇ ਜ਼ਿਕਰ ਨਹੀਂ ਹੈ ਇਹਦੇ ਕਰਨੇ ਕੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ